ਧਰਮਵੀਰ ਨਾਗਪਾਲ ਦੀ ਜ਼ੁਬਾਨੀ 100 ਪ੍ਰੋਗਰਾਮ ਆਪਣਾ ਜਿਹੜਾ ਹੈ ਵਿੱਚ ਵਿੱਚ ਜਿਹੜਾ ਫੋਨ ਆ ਰਿਹਾ ਆ ਜਾਂਦਾ ਹੈ ਤਾਂ ਥੋੜ੍ਹੀ ਜਿਹੀ ਡਿਸਟਰਬਿੰਗ ਹੁੰਦੀ ਹੈ, ਜਿਸ ਦੀ ਮੈਂ ਮਾਫ਼ੀ ਚਾਹੁੰਦਾ ਆਪਣੇ ਪਾਠਕਾਂ ਤੋਂ, ਸੁਣਨ ਅਤੇ ਦੇਖਣ ਵਾਲਿਆਂ ਤੋਂ। ਅਤੇ ਆਓ ਸੁਣਾਉਂਦੇ ਹਾਂ ਤੁਹਾਨੂੰ ਇੱਕ ਤਹਿਲਕੇਦਾਰ ਖਬਰ, ਜਿਸ ਦੀ ਚਿੱਟੇ ਦਿਨ ਦਾ ਲੁਟੇਰਾ ਨਾਗਪਾਲ ਇੰਟਰਪ੍ਰਾਈਜ਼ ਦੇ ਅਤੇ ਚਿੱਟੇ ਦਿਨ ਦਾ ਲੁਟੇਰੇ ਦਾ ਧਾਵਾ ਅਤੇ 3 ਲੱਖ ਰੁਪਏ ਦੀ ਨਕਦੀ ਲੈ ਕੇ ਹੋਣ ਲੱਗਿਆ ਸੀ ਫਰਾਰ। ਅਤੇ ਇਸ ਦੀ ਪੂਰੀ ਰਿਪੋਰਟ ਸੁਣਦੇ ਹਾਂ ਨਾਗਪਾਲ ਦੀ ਜ਼ੁਬਾਨੀ। ਤੋ ਗੁਰਦੁਆਰਾ ਸਿੰਘ ਸਭਾ ਰੋਡ ਸਥਿਤ ਐਨ ਭਰੇ ਬਾਜ਼ਾਰ ਵਿੱਚ ਨਾਗਪਾਲ ਇੰਟਰਪ੍ਰਾਈਜ਼ ਦੇ ਦਫ਼ਤਰ ਦੇ ਲੱਖਾਂ ਰੁਪਏ ਦੇ ਨੋਟਾਂ ਦਾ ਭਰਿਆ ਬੈਗ ਲੈ ਕੇ ਜਾਣ ਵਾਲਾ ਇੱਕ ਲੁਟੇਰਾ ਆਪ ਤਾਂ ਭੱਜਣ ਵਿੱਚ ਕਾਮਯਾਬ ਹੋ ਗਿਆ, ਜਦਕਿ ਸਾਰੇ ਪੈਸੇ ਦਫ਼ਤਰ ਦੇ ਬਾਹਰ ਹੀ ਸੁੱਟ ਦਿੱਤੇ। ਪਰ ਆਲੇ ਦੁਆਲੇ ਦੇ ਦੁਕਾਨਦਾਰ ਮਾਲਕਾਂ ਅਤੇ ਲੁਟੇਰੇ ਦੀ ਚੰਗੀ ਭੁਗਤ ਸਵਾਰੀ, ਉਹਦੀ ਚੰਗੀ ਸੇਵਾ ਕੀਤੀ। ਲੁਟੇਰੇ ਕੋਲ ਐਕਟਿਵਾ ਵਿੱਚੋਂ ਇੱਕ ਪਿਸਟਲ, ਛੁਰਾ ਅਤੇ ਨਾਲ ਲਾਲ ਮਿਰਚਾਂ ਮਿਲੀਆਂ ਹਨ ਅਤੇ ਐਕਟਿਵਾ ਦੀ ਚੋਰੀ ਦੀ ਹੋਣ ਦਾ ਬਾਰੇ ਪਤਾ ਲੱਗਾ ਹੈ। ਇਸ ਸੰਬੰਧੀ ਇੰਟਰਪ੍ਰਾਈਜ਼ ਦੇ ਮਾਲਕ ਰੋਹਿਤ ਨਾਗਪਾਲ ਨੇ ਦੱਸਿਆ ਕਿ ਉਹ ਇੱਕ ਨਿੱਜੀ ਬੈਂਕ ਦੇ ਵਿੱਚੋਂ ਲੱਖਾਂ ਰੁਪਏ ਕਢਵਾ ਕੇ ਲਿਆਇਆ ਸੀ ਅਤੇ ਜਦ ਉਹ ਦਫ਼ਤਰ ਆਇਆ ਤਾਂ ਉਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਵੀ ਅੰਦਰ ਆ ਗਿਆ ਅਤੇ ਉਸ ਕੋਲੋਂ ਰੁਪਈਏ ਵਾਲਾ ਬੈਗ ਹੋ ਕੇ ਭੱਜ ਗਿਆ। ਉਸ ਨੇ ਅੱਗੇ ਦੱਸਿਆ ਕਿ ਦੁਕਾਨ ਵਿੱਚ ਕੰਮ ਕਰਦੇ ਗੁਰਵਿੰਦਰ ਸਿੰਘ ਨੇ ਲੁਟੇਰੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਟਾਫਟ ਲੁਟੇਰੇ ਨੇ ਸਾਰੇ ਪੈਸੇ ਦਫ਼ਤਰ ਦੇ ਬਾਹਰ ਹੀ ਸੁੱਟ ਦਿੱਤੇ। ਸ੍ਰੀ ਨਾਗਪਾਲ ਆਪ ਤਾਂ ਪੈਸੇ ਇਕੱਠੇ ਕਰਨ ਵਿੱਚ ਲੱਗ ਪਏ, ਜਦਕਿ ਆਸ ਪਾਸ ਦੇ ਦੁਕਾਨਦਾਰਾਂ ਨੇ ਫੜ ਕੇ ਲੁਟੇਰੇ ਦੀ ਚੰਗੀ ਸੇਵਾ ਕੀਤੀ, ਚੰਗੀ ਫੈਂਟ ਉਤਾਰੀ। ਪਰ ਫਿਰ ਵੀ ਸਾਰੇ ਦੁਕਾਨਦਾਰਾਂ ਕੋਲੋਂ ਫਰਾਰ ਹੋਣ ਵਿੱਚ ਉਹ ਲੁਟੇਰਾ ਕਾਮਯਾਬ ਹੋ ਗਿਆ। ਸ੍ਰੀ ਨਾਗਪਾਲ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਨੇ ਮੌਕੇ 'ਤੇ ਆ ਕੇ ਜਦ ਉਸਦੇ ਐਕਟਿਵਾ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇੱਕ ਪਿਸਟਲ, ਇੱਕ ਛੁਰਾ, ਪੇਚਕਸ ਅਤੇ ਨਾਲ ਲਾਲ ਮਿਰਚਾਂ ਮਿਲੀਆਂ ਹਨ। ਸ਼ੱਕ ਕੀਤਾ ਜਾਂਦਾ ਹੈ ਕਿ ਲੁਟੇਰਾ ਬੈਂਕ ਵਿੱਚੋਂ ਹੀ ਰੋਹਿਤ ਨਾਗਪਾਲ ਦੇ ਪਿੱਛੇ ਲੱਗ ਗਿਆ ਹੋਵੇਗਾ। ਇਸ ਸੰਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਸਿਟੀ ਥਾਣਾ ਇੰਚਾਰਜ ਭਗਵੰਤ ਸਿੰਘ ਨੇ ਮੀਡੀਆ ਡੀਵੀ ਨਿਊਜ਼ ਪੰਜਾਬ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਕਿਹਾ ਕਿ ਇਸ ਸੰਬੰਧੀ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਸ ਸੰਬੰਧੀ ਹੋਰ ਵੀ ਤੇਜ਼ੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਅਤੇ ਉਹਨਾਂ ਕਿਹਾ ਕਿ ਵਪਾਰੀਆਂ ਲਈ ਅਤੇ ਰਾਜਪੁਰਾ ਵਿੱਚ ਅਮਨ ਅਮਾਨ ਲਈ ਪੁਲਿਸ ਹਰ ਤਰ੍ਹਾਂ ਨਾਲ ਦਿਨ ਰਾਤ ਲੋਕਾਂ ਦੀ ਰਖਵਾਲੀ ਲਈ ਤਿਆਰ ਹੈ ਅਤੇ ਵਚਨਬੰਧ ਹੈ। ਅਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ। ਰਿਪੋਰਟਿੰਗ ਬਾਈ ਧਰਮਵੀਰ ਨਾਗਪਾਲ, ਚੀਫ ਐਡੀਟਰ ਡੀਵੀ ਨਿਊਜ਼ ਪੰਜਾਬ। ਅਤੇ ਇਹ ਖਬਰ ਦਾ ਪ੍ਰਸਾਰਣ ਤੁਸੀਂ www.youtube.com/c/dvnewsTV 'ਤੇ ਵੀ ਦੇਖ ਸਕਦੇ ਹੋ। ਨਮਸਤੇ, ਸਤਿ ਸ਼੍ਰੀ ਅਕਾਲ, ਵਣਕਮ, ਖੁਦਾ ਹਾਫਿਜ਼।